भी पैसा चल रहा भाजी, फिर पैसा ही कह सकती हूँ मैं कि जो मैं नहीं लाया हजे तक वो ला रहे हैं। जे सियासी नहीं है, जे पैसा नहीं है, फिर मेरे तो उन्होंने कोई डिफरेंस नहीं है, फिर तो सेम पोजिशन से बैठे हैं। डेफिनेटली जो भी होया कबड्डी करके होया, जिहड़ी मेजर लीग फेडरेशन बनाई उहदा करके ही होया, उदू पहला कुछ नहीं हो गया। पहला जदों संदीप सी उदों संदीप नूं आप कहिंदे सी असीं तैनूं देख लांगे, पर हुण हुण ते किसे तों भी करा सकदे आ ना थ्रेट्स। गैंगस्टर दा भाजी 110% मैं श्योर हां इहदे विच कुछ नहीं है। ਹਾਂਜੀ, ਜੇ ਉਹਦੇ ਵਿੱਚ ਕੁਛ ਹੋਵੇ ਤਾਂ ਮੈਂ ਇੱਥੇ ਨਾ ਹੋਵਾਂ, ਮੈਂ ਵੀ ਆਪਣੇ ਬੱਚੇ ਲੈ ਕੇ ਕਿਤੇ ਲੁੱਕ ਕੇ ਬੈਠੀ ਹੋਵਾਂ। ਹੁਣ ਥਰੈਟ ਸਾਰਿਆਂ ਕੋਲ ਹੀ ਆ, ਹੁਣ ਤਾਂ ਸੰਦੀਪ 'ਤੇ ਜਾਣ ਤੋਂ ਬਾਅਦ ਤਾਂ ਸਾਰਿਆਂ ਨੂੰ ਥਰੈਟ ਆ, ਜੇ ਭਾਅ ਜੀ ਸਾਡੇ ਕੋਲ ਸਾਡੇ ਲਈ ਗਵਾਹੀ ਦੇ ਰਹੇ ਇਹਨਾਂ ਨੂੰ ਵੀ ਥਰੈਟ ਆ। ਸੇਮ ਸਿਚੁਏਸ਼ਨ ਆ ਜਿੱਥੇ 14 ਮਾਰਚ 2022 ਤੋਂ ਅਸੀਂ ਸੀ, ਉੱਥੇ ਹੀ ਆ। ਉਹਨਾਂ ਨੇ ਨਾਮ ਹੀ ਪਾਏ ਆ, ਹਜੇ ਤੱਕ ਨਾਮ ਦੱਸ ਦਿੱਤੇ ਆ ਕਿ ਇਹ ਆ ਇਹ ਆ। ਬਾਅਦ 'ਚ ਭਾਅ ਜੀ ਉਹਨਾਂ ਦੀ ਅਗਵਾਈਆਂ ਆ ਜਿਹੜੀਆਂ ਉਹ ਵੀ ਆ ਗਈਆਂ, ਪਰ ਕਿਸੇ ਨੇ ਉਹਨਾਂ ਨੂੰ ਪੁੱਛਗਿੱਛ ਵੀ ਨਹੀਂ ਕੀਤੀ ਹਜੇ ਤੱਕ। ਉਹ ਸਾਨੂੰ ਇੱਦਾਂ ਕਹਿੰਦੇ ਆ ਕਿ ਸਿਰਫ ਸਾਡੇ 'ਤੇ ਅਕਿਊਜ਼ ਕਰ ਦਿੱਤੇ ਆ ਕਿ ਇਹਨਾਂ ਨੇ ਦੱਸ ਦਿੱਤਾ ਹੈ ਕਿ ਅਸੀਂ ਉਹਦੀ ਵਾਈਫ ਦੇ ਐਲੀਗੇਸ਼ਨ ਆ, ਪਰ ਉਹਨਾਂ ਨੂੰ ਪੁਲਿਸ ਨੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਤੁਸੀਂ ਕਿਉਂ ਇਹ ਕੀਤਾ ਆ ਜਾਂ ਨਹੀਂ, ਜਾਂ ਐਲੀਗੇਸ਼ਨ ਫੈਮਿਲੀ ਨੇ ਕਿਉਂ ਲਾਏ ਆ, ਜਾਂ ਜੋ ਵੀ ਗਵਾਹੀਆਂ ਹੋਈਆਂ ਉਹ ਕਿਉਂ ਕੀਤਾ ਗਿਆ। ਕੇਸ ਉੱਥੇ ਦਾ ਉੱਥੇ ਹੀ ਖੜਾ, ਹਜੇ ਕੁਛ ਨਹੀਂ ਪੁਲਿਸ ਨੇ ਕੀਤਾ। ਹਾਂਜੀ ਭਾਅ ਜੀ, ਬਿਲਕੁਲ ਸਿਆਸੀ ਆ, ਜੇ ਸਿਆਸੀ ਨਾ ਹੁੰਦੀ ਫਿਰ ਤਾਂ ਦੋਨੇ ਧਿਰਾਂ ਸੇਮ ਆ ਨਾ। ਵੀ ਪੈਸਾ ਚੱਲ ਰਿਹਾ ਭਾਅ ਜੀ, ਫਿਰ ਪੈਸਾ ਹੀ ਕਹਿ ਸਕਦੀ ਹਾਂ ਮੈਂ ਕਿ ਜੋ ਮੈਂ ਨਹੀਂ ਲਾਇਆ ਹਜੇ ਤੱਕ ਉਹ ਲਾ ਰਹੇ ਆ। ਜੇ ਸਿਆਸੀ ਨਹੀਂ ਆ, ਜੇ ਪੈਸਾ ਨਹੀਂ ਆ, ਫਿਰ ਮੇਰੇ ਵਿੱਚ ਤਾਂ ਉਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ, ਫਿਰ ਤਾਂ ਸੇਮ ਪੋਜੀਸ਼ਨ 'ਤੇ ਬੈਠੇ ਹਾਂ। ਹਾਂਜੀ ਭਾਅ ਜੀ, ਡੈਫੀਨੇਟਲੀ ਇਹ ਜੋ ਵੀ ਹੋਇਆ ਕਬੱਡੀ ਕਰਕੇ ਹੋਇਆ, ਜਿਹੜੀ ਮੇਜਰ ਲੀਗ ਫੈਡਰੇਸ਼ਨ ਬਣਾਈ ਉਹਦਾ ਕਰਕੇ ਹੀ ਹੋਇਆ। ਉਦੋਂ ਪਹਿਲਾਂ ਕੁਛ ਨਹੀਂ ਹੋ ਗਿਆ, ਹਜੇ ਫੈਡਰੇਸ਼ਨ ਬਣੀ ਨੂੰ ਸਿਰਫ 3 ਸਾਲ ਹੋਏ ਸੀ, ਉਹਦੇ ਵਿੱਚੋਂ ਵੀ 2 ਕੁ ਸਾਲ ਤਾਂ ਕਰੋਨਾ ਕੋਵਿਡ ਆਉਣ ਕਰਕੇ ਮੈਚ ਵੀ ਨਹੀਂ ਹੋਏ ਹੈਗੇ। 2 ਕੁ ਸਾਲ ਮਸਾਂ ਮੈਚ ਚੱਲਿਆ, ਜਿਹਦਾ ਨਤੀਜਾ 2 ਸਾਲ ਬਾਅਦ ਕਿ ਸਾਡੇ ਸਾਹਮਣੇ ਹੀ ਆ ਕਿ ਸੰਦੀਪ ਅੱਜ ਨਹੀਂ ਹੈਗੇ। ਥਰੈਟ ਭਾਅ ਜੀ, ਹੁਣ ਥਰੈਟ ਸਾਰਿਆਂ ਕੋਲ ਹੀ ਆ, ਹੁਣ ਤਾਂ ਸੰਦੀਪ 'ਤੇ ਜਾਣ ਤੋਂ ਬਾਅਦ ਤਾਂ ਸਾਰਿਆਂ ਨੂੰ ਥਰੈਟ ਆ, ਜੇ ਭਾਅ ਜੀ ਸਾਡੇ ਕੋਲ ਸਾਡੇ ਲਈ ਗਵਾਹੀ ਦੇ ਰਹੇ ਇਹਨਾਂ ਨੂੰ ਵੀ ਥਰੈਟ ਆ। ਜਿਹੜਾ ਵੀ ਥਰੈਟਸ ਭਾਅ ਜੀ, ਹੁਣ ਤਾਂ ਉਸ ਪਹਿਲਾਂ ਜਦੋਂ ਸੰਦੀਪ ਸੀ ਉਦੋਂ ਸੰਦੀਪ ਨੂੰ ਆਪ ਕਹਿੰਦੇ ਸੀ ਅਸੀਂ ਤੈਨੂੰ ਦੇਖ ਲਾਂਗੇ, ਪਰ ਹੁਣ ਤਾਂ ਕਿਸੇ ਤੋਂ ਵੀ ਕਰਾ ਸਕਦੇ ਆ ਨਾ ਥਰੈਟਸ। ਸੁਰਜਨ ਜੱਠੇ ਹੋਣੀ ਉਹਨਾਂ ਦੀ ਇੱਕ ਟੀਮ ਜਿਹੜੀ ਓਪੋਜ਼ਿਟ ਫੈਡਰੇਸ਼ਨ ਵਾਲੇ ਉਹ ਕਹਿ ਰਹੇ ਸੀ, ਪਰ ਜਿਹੜੀਆਂ ਹੁਣ ਥਰੈਟਸ ਆ ਰਹੀਆਂ ਆ ਉਹ ਕੋਈ ਵੀ ਆ, ਕੋਈ ਫੇਸਬੁੱਕ ਤੋਂ ਮੈਨੂੰ ਧਮਕਾ ਰਿਹਾ, ਕੋਈ ਭਾਅ ਜੀ ਹੁਣਾਂ ਨੂੰ ਕਾਲਸ ਕਰਕੇ ਧਮਕਾ ਰਿਹਾ, ਉਹ ਨਾਮ ਨਹੀਂ ਦੱਸ ਰਿਹਾ ਨਾ ਕਿ ਸਾਨੂੰ ਕੌਣ ਕਹਿ ਰਿਹਾ ਧਮਕਾਉਣ ਨੂੰ, ਸਿਰਫ ਸਾਨੂੰ ਮਜਬੂਰ ਕਰ ਰਿਹਾ ਕਿ ਕੇਸ ਬੈਕਅਪ ਕਰ ਵੀ, ਮਤਲਬ ਅਸੀਂ ਪਿੱਛੇ ਹੋ ਜਾਈਏ ਚੁੱਪ ਕਰਾਉਣ ਲਈ ਸਿਰਫ ਆ। ਗਵਾਹ ਵੀ ਹੈ ਜਾਂ ਕੋਈ ਵੈਲਵਿਸ਼ਰ ਵੀ ਹੈ ਜਦੋਂ ਵੀ ਬੋਲਣਾ ਚਾਹ ਰਿਹਾ ਵਾ, ਇਹਨਾਂ ਦੇ ਕਹਿਣ ਦਾ ਮਤਲਬ ਹੈ ਉਹਨਾਂ ਨੂੰ ਫੇਸਬੁੱਕ 'ਤੇ ਸਪੈਸੀਫਿਕ ਥਰੈਟ ਦੇ ਰਹੇ ਆ ਵੀ ਤੁਹਾਡਾ ਨੁਕਸਾਨ ਕਰਾਂਗੇ ਸੰਦੀਪ ਵਾਂਗੂ। ਹਾਂਜੀ, ਦਿੱਤੀ ਹੈ ਸ਼ਿਕਾਇਤ, ਡੀ ਜੀ ਪੀ ਸਾਹਿਬ ਨੂੰ ਵੀ ਦਿੱਤੀ ਆ, ਹੋਰ ਕੰਸਰਨ ਅਥਾਰਟੀਜ਼ ਹੈ ਸਭ ਨੂੰ ਇਹਨਾਂ ਨੇ ਦਿੱਤੀਆਂ ਸ਼ਿਕਾਇਤ। ਗੈਂਗਸਟਰ ਦਾ ਭਾਅ ਜੀ 110% ਮੈਂ ਸ਼ੋਰ ਹਾਂ ਇਹਦੇ ਵਿੱਚ ਕੁਛ ਨਹੀਂ ਹੈ। ਹਾਂਜੀ, ਜੇ ਉਹਦੇ ਵਿੱਚ ਕੁਛ ਹੋਵੇ ਤਾਂ ਮੈਂ ਇੱਥੇ ਨਾ ਹੋਵਾਂ, ਮੈਂ ਵੀ ਆਪਣੇ ਬੱਚੇ ਲੈ ਕੇ ਕਿਤੇ ਲੁੱਕ ਕੇ ਬੈਠੀ ਹੋਵਾਂ, ਜਿੱਦਾਂ ਗੈਂਗਸਟਰਾਂ ਦੀਆਂ ਫੈਮਿਲੀਆਂ ਉਹ ਕਹਿੰਦੇ ਨਾ ਜਿੱਦਾਂ ਦਾ ਬੰਦਾ ਹੋਵੇ ਉੱਦਾਂ ਦੇ ਹੋਣਾ ਪੈਂਦਾ, ਅਸੀਂ ਬੈਠੇ ਹਾਂ ਬੜੇ ਸੋਹਣੇ, ਕੁਛ ਨਹੀਂ ਹੈਗਾ। ਗੈਂਗਸਟਰ ਹੁੰਦਾ ਸੰਦੀਪ, ਆਪ ਇੱਦਾਂ ਸ਼ਰੇਆਮ ਨਾ ਘੁੰਮਦੇ, ਇਕੱਲੇ ਨਹੀਂ ਘੁੰਮਦੇ, ਭਾਅ ਜੀ ਹੋਣੀ ਆ ਹੁਣ ਕਬੱਡੀ ਦੇ ਮੈਚ 'ਤੇ ਜਾਂਦੇ ਇਕੱਲੇ ਇਕੱਲੇ ਘੁੰਮਦੇ ਆ। ਸੋ ਜੇ ਜਿਹੜੀ ਲਾਈਨ ਦੇ ਵਿੱਚ ਹੋਈ ਉਹ ਕਬੱਡੀ ਖੇਡਣ ਜਾਂਦੇ, ਆਪਣੇ ਕਬੱਡੀ ਦੇ ਕੱਪੜੇ ਲੈ ਕੇ ਜਾਂਦੇ ਆ, ਨਾ ਕਿ ਉੱਥੇ ਰਿਵਾਲਵਰ ਚੱਕੀ ਫਿਰਦੇ। ਸੋ ਗੈਂਗਸਟਰ ਵਾਰ ਬਿਲਕੁਲ ਨਹੀਂ ਆ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਬ੍ਰਦਰ, ਇਹ ਉਦੋਂ ਇਹ ਚੀਜ਼ ਉਛਾਲ ਦਿੱਤੀ ਗਈ ਤਾਂ ਕਿ ਉਹ ਕਬੱਡੀ ਵਾਲੇ ਪਿੱਛੇ ਰਹਿ ਜਾਣ, ਜਿਨ੍ਹਾਂ ਨੇ ਕਰਵਾਇਆ ਉਹਨਾਂ ਨੇ ਇਹ ਚੀਜ਼ ਮੂਹਰੇ ਲਿਆਤੀ ਵੀ ਸੰਦੀਪ ਵੀ ਇੱਕ ਧੜੇ ਨਾਲ ਗੈਂਗਸਟਰਾਂ ਦੇ ਨਾਲ ਸੰਬੰਧ ਰੱਖਦਾ ਸੀ, ਦੂਜੇ ਧੜੇ ਨੇ ਇਹਦਾ ਕਤਲ ਕਰਤਾ, ਆਹ ਕਹਿ ਕੇ ਉਹਨਾਂ ਨੇ ਪੱਲਾ ਝਾੜ ਲਿਆ ਬੜਾ ਸੌਖਾ। ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਜੀ, ਉਦੋਂ ਨਾਲ ਦੀ ਨਾਲ ਅਖਬਾਰਾਂ 'ਚ ਆ ਗਈ ਸੀ ਇਹ ਚੀਜ਼। ਹਾਂਜੀ ਹਾਂਜੀ ਹਾਂਜੀ, ਪਰ ਬਾਅਦ ਦੇ ਵਿੱਚ ਹਫ਼ਤਾ ਕੁ ਬਾਅਦ ਪੁਲਿਸ ਨੇ ਕਲੀਅਰ ਕਰਤਾ ਸੀ ਵੀ ਜਿਹੜਾ ਸਨੋਵਰ ਢਿੱਲੋਂ ਹੈ ਕੈਨੇਡਾ ਦੇ ਵਿੱਚ ਬੈਠਾ, ਵੀ ਉਹ ਬੰਦੇ ਨੇ ਸਾਰਾ ਕੁਛ ਪਲੈਨਡ ਕੀਤਾ ਵਾ ਇੱਦਾਂ ਇੱਦਾਂ ਕਰਕੇ, ਪਰ ਅਸਲੀ ਨਾਮ ਉਹਨਾਂ ਨੇ ਲਕੋਲੇ ਸੀ, ਜਿਹੜੇ ਪਿਛਲੇ 3 ਨਾਮ ਸੀ, ਸੁਰਜਨ ਸਿੰਘ ਚੱਠਾ, ਸਰਬਜੀਤ ਥਿਆੜਾ ਔਰ ਸੁੱਖਾ ਮਾਨ। ਭਾਅ ਜੀ ਇਨਸਾਫ ਚਾਹੀਦਾ ਹੈ, ਬਿਲਕੁਲ ਸਹੀ ਤਰੀਕੇ ਨਾਲ ਸਾਰਿਆਂ ਨੂੰ ਪੁੱਛਗਿੱਛ ਕੀਤੀ ਜਾਵੇ, ਜਿਹੜੇ ਵੀ ਮਾਸਟਰ ਮਾਈਂਡ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਹੋਰ ਕੁਛ ਨਹੀਂ ਹੈ। ਸਾਨੂੰ ਸਿਰਫ ਇਨਸਾਫ ਚਾਹੀਦਾ ਕਿ ਕਾਹਤੋਂ ਹੋ ਗਿਆ, ਸਾਰਾ ਕੁਛ ਇਨਸਾਫ ਚਾਹੀਦਾ, ਬਹੁਤ ਸਹੀ ਤਰੀਕੇ ਨਾਲ, ਕੁਛ ਨਹੀਂ ਅਸੀਂ ਗਲਤ ਚਾਹੁੰਦੇ। ਜਿਹੜੇ ਮੇਨ ਮਾਸਟਰ ਮਾਈਂਡ ਅਸੀਂ ਜਿਹਨਾਂ ਨੂੰ ਮੰਨਦੇ ਹਾਂ, ਇੱਕ ਤਾਂ ਇੱਥੇ ਇੰਡੀਆ ਵਿੱਚ ਹੀ ਹੈ ਸੁਰਜਨ ਚੱਠਾ, ਉਹਨਾਂ ਦੀ ਪੁੱਛਗਿੱਛ ਨਹੀਂ ਹੋਈ। ਜਿਹੜੇ 2-3 ਪਰਸਨ ਬੈਠੇ ਕੈਨੇਡਾ 'ਚ ਇੱਕ ਅਮੈਰੀਕਾ 'ਚ, ਉਹਨਾਂ ਦੀ ਪੁੱਛਗਿੱਛ ਨਹੀਂ ਹੋਈ।
तो सिर्फ फड़ नहीं फड़ेगा कोई मतलब स्पेशल नहीं जे इन्होंने क्या रेकी की है ज किसी के घर रुके हैं मतलब आम ज उ फड़े गए उन्हों की पूछगिछ हुई है किसी खास बंदे दी नहीं हुई ब्रदर मेन शूटर ही नहीं आए गए चार शूटर ही नहीं आए जेडे उथे प्रेजेंट सी हो रही है डे बाय डे अप्रोच तो कर ही रहे हैं ये मुलाकात भी आप दे इलमा ट्राई कर दे डीजीपी साहब कोले भी गए सके मैं ऐसे लीगल दे रिप्रेजेंटेटिव इनना दा नाल गया मैं ते और सीएम हाउस भी असी ट्राई कीता वे ते ए भी ट्राई डे बाय डे करदे हर एक बंदा जिनु अप्रोच करके कुछ इनना नु जस्टिस दे नाते हासिल हो सकदा ट्राई कर रहे हैं सरकार नूं साडी इही बेनती आ जिद्दां भैण जी ने दस्सिया वी इक तां सानूं इंसाफ दित्ता जावे जिहड़े बंदिआं ने कतल कीता जां कराया उन्हां नूं जिहड़ी बनदी सज़ा दित्ती जावे ते असीं जिहड़े नाल अगवाह आ जां इह ने भैण जी ने जां इन्हां दी फैमिली है सानूं प्रोपर सुरक्षा दित्ती जावे क्योंकि दिन ब दिन बंदे फोन करदे आ अननोन नंबरां तों करदे आ जां कोई बाहरों करदा जां कोई वट्सअप तों करदा भी तुसी पिछे हटो ये केस तो मतलब के भी तुहानू असी गवाहियां देन नहीं देनियां इदा करांगे जो भी अगला कहिंदा हुंदा सारा वो दिलों बैस मतलब के करते हैं भी असी गवाही ना दे सकते।